ਉਹ ਜਿਵੇਂ ਨਾ ਪਹਿਲਾਂ ਵਿਆਹ ਹੁੰਦਾ ਸੀ 3 ਕੁ ਦਿਨਾਂ 'ਚ ਨਿਬੜ ਜਾਂਦਾ ਸੀ, ਹੁਣ ਲੋਕ ਕੀ ਕਰਦੇ ਵੀ 1 ਦਿਨ ਛੱਡ ਕੇ ਰਿਸੈਪਸ਼ਨ ਰੱਖ ਲੈਂਦੇ ਆ, ਅਤੇ ਉਹਦੇ ਨਾਲ ਵਿਆਹ ਦਾ ਜਿਹੜਾ ਖਰਚਾ ਨਾ ਉਹ ਵੱਧ ਜਾਂਦਾ। ਇੱਧਰ ਚੋਣਾਂ ਵਾਲੇ ਪਾਸੇ ਵੀ ਐਂ ਹੋਇਆ, ਉਹ 7 ਕੁ ਦਿਨ ਤਰੀਕ ਵੱਧ ਗਈ ਹੈ ਅਤੇ ਫਿਰ ਕਹਿੰਦੇ ਬਜਟ ਵੀ ਵੱਧ ਗਿਆ। ਬਜਟ ਵਾਲਾ ਕੰਮ ਪਹਿਲਾਂ ਹੀ ਔਖਾ ਸੀ ਆਪਣਾ, ਇਹ ਆਪਣਾ ਤੇ ਕਾਹਦਾ ਔਖਾ, ਆਪਣਾ ਤੇ ਪੰਜਾਬ ਦਾ ਪੂਰੇ ਦੇ ਆਪਾਂ ਨਹੀਂ, ਬਜਟ ਪੰਜਾਬ ਦਾ ਉਹਦੇ ਨਾਲ ਨਹੀਂ ਕੋਈ ਕੰਸਰਨ ਜੀ। ਇੱਥੇ ਤੁਸੀਂ ਚੋਣ ਲੜੋਗੇ, ਤੁਸੀਂ ਆਪਣੇ ਦਮ ਤੇ ਲੜਨਾ ਹੈ ਨਾ। ਹਾਂ ਇਹ ਗੱਲ ਆ ਕਿ ਜਿਹੜਾ ਸੱਤਾ 'ਚ ਰਿਹਾ ਉਹਨੇ ਪਹਿਲਾਂ ਕਿਵੇਂ ਬਣਾਇਆ ਉਹ ਪੰਜਾਬ ਨੂੰ ਅਸਰਕਾਰਕ ਹੋ ਸਕਦਾ ਜੀ ਜੀ ਜੀ। ਅਦਰਵਾਈਜ਼ ਕੋਈ ਲੜੀ ਜਾਵੇ ਚੋਣ, ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ। ਪਰ ਅੱਜ ਕੱਲ੍ਹ ਇਹ ਚੋਣਾਂ ਜਿਹੜੀਆਂ ਉਹ ਕਰੋੜਾਂ 'ਚ ਜਾਂਦੀਆਂ ਨੇ ਸਰ, ਬਿਲਕੁਲ ਕਰੋੜਾਂ 'ਚ ਜਾਂਦੀਆਂ ਨੇ, ਅਤੇ ਉਹ ਕਰੋੜਾਂ ਜਿਹੜੇ ਆ ਉਹ ਕਿਵੇਂ ਪੂਰੇ ਕੀਤੇ ਜਾਂਦੇ ਆ, ਕਿਸੇ ਤੋਂ ਗੁੱਝਾ ਨਹੀਂ, ਕਿਸੇ ਤੋਂ ਛਿਪਿਆ ਨਹੀਂ। ਹੁਣ ਦੇਖੋ 7 ਦਿਨ ਇਲੈਕਸ਼ਨ ਲੇਟ ਹੋਇਆ, ਪਹਿਲਾਂ ਤਾਂ ਚੋਣ ਕਮਿਸ਼ਨ ਨੂੰ ਵੇਖ ਲਓ ਨਾ, ਹਰਿਆਣੇ ਦੀਆਂ ਚੋਣਾਂ ਉਹਨਾਂ ਦੀ ਤਰੀਕ ਤਬਦੀਲੀ, ਮਹਾਰਾਸ਼ਟਰ ਦਾ ਇਲੈਕਸ਼ਨ ਲੇਟ ਲੈ ਗਏ, ਕੁਛ ਸਕੀਮਾਂ ਦਾ ਲਾਹਾ ਦੇਣਾ ਸੀ ਲੋਕਾਂ ਨੂੰ, ਬਿਲਕੁਲ ਖਾਸ ਲੋਕਾਂ ਨੂੰ। ਯੂਪੀ ਕੇਰਲ ਅਤੇ ਪੰਜਾਬ ਦੀਆਂ ਚੋਣਾਂ ਲੇਟ ਜੀ, ਇਹ ਚੋਣ ਕਮਿਸ਼ਨ ਆ ਕਿ ਇਹ ਬਿਲਕੁਲ ਜਿੱਦਾਂ ਕਹਿ ਲਓ ਕਿ ਤੁੱਕੇ ਮਾਰ ਇਕੱਠੇ ਹੋਏ ਨੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਫਲਾਣੀ ਜਗ੍ਹਾ ਦਾ ਕਿ ਇੱਥੇ ਦਿਨ ਤਿਉਹਾਰ ਕੀ ਆ। ਅਰੇ ਸਾਹਿਬ ਕਦੇ ਇਸ ਤਰ੍ਹਾਂ, ਅਸੀਂ ਬਹੁਤ ਇਲੈਕਸ਼ਨ ਵੇਖੇ ਆ, ਪੀਐਨ ਸੈਸ਼ਨ ਦਾ ਦੌਰ ਦੇਖਿਆ ਸਰ, ਅਸੀਂ ਕਦੇ ਇਸ ਤਰ੍ਹਾਂ ਦਾ ਚੋਣ ਕਮਿਸ਼ਨ ਨਹੀਂ ਦੇਖਿਆ ਕਿ ਉਹਨੂੰ ਬਾਅਦ 'ਚ ਚੇਤਾ ਆਉਂਦਾ ਚੀਜ਼ਾਂ ਦਾ। ਇਹ ਪਹਿਲਾਂ ਸਾਰਾ ਕੁਛ ਟੇਬਲ 'ਤੇ ਚਾਹੀਦਾ ਜੀ ਕਿ ਬਾਈ ਕੋਈ ਦਿਨ ਤਿਉਹਾਰ ਕਿਸੇ ਖਾਸ ਇਲਾਕੇ ਦਾ, ਕੋਈ ਵੱਡਾ ਦਿਨ ਤਿਉਹਾਰ ਕੋਈ ਨਹੀਂ ਆ ਰਿਹਾ। ਪਰ ਜਿਵੇਂ ਮੈਂ ਕਿਹਾ ਕਿ ਚੋਣ ਕਮਿਸ਼ਨ ਭਾਰਤੀ ਜਨਤਾ ਪਾਰਟੀ ਦੀ ਇੱਕ ਬ੍ਰਾਂਚ ਹੈ, ਉਸ ਬ੍ਰਾਂਚ ਦੇ ਵਿੱਚ ਟੈਲੀਫੋਨ ਜਾਂਦਾ ਹੈ ਕਿ ਬਸ ਕਰ ਦਿਓ ਜੀ, ਅੱਗੇ ਕਰ ਦਿਓ, ਪਿੱਛੇ ਕਰ ਦਿਓ, ਰਹਿਣ ਦਿਓ, ਹੋ ਗਿਆ ਜੀ। ਤਾਂ ਯੂਪੀ ਜ਼ਿਮਨੀ ਚੋਣਾਂ ਬਹੁਤ ਜ਼ਰੂਰੀ ਨੇ, ਉੱਥੇ ਜੇ ਅਖਿਲੇਸ਼ ਇਹਨਾਂ ਨੂੰ 5-7 ਤੇ ਮਾਤ ਦੇ ਗਿਆ, ਘੁੱਗੀ ਕੈਂ ਹੋ ਜਾਣੀ ਆ ਜੀ ਆਉਣ ਵਾਲੇ ਸਮੇਂ 'ਚ, ਯੋਗੀ ਲਈ ਬਹੁਤ ਵੱਡੀ ਬਿਪਤਾ ਮੁਸੀਬਤ ਖੜੀ ਹੋ ਜਾਣੀ ਆ, ਉਹਦੇ ਵਾਸਤੇ ਤਾਂ ਖੜੀ ਹੋਣੀ ਆ, ਭਾਜਪਾ ਵਾਸਤੇ ਵੀ ਖੜੀ ਹੋਣੀ ਆ, ਬਿਲਕੁਲ। ਸੋ ਇਸ ਕਰਕੇ ਪਹਿਲੀ ਗੱਲ ਤਾਂ ਕਿ ਚੋਣ ਕਮਿਸ਼ਨ ਦੀ ਕੋਈ ਸਮਝ ਨਹੀਂ ਪੈ ਰਹੀ ਜੀ। ਦੂਜੀ ਗੱਲ ਇਹ ਆ ਕਿ ਹੁਣ ਜ਼ਾਰਾ ਜੀ ਗੱਲ ਆ, ਕੋਈ ਆਜ਼ਾਦ ਖਲੋਤਾ ਹੈ, ਪਾਰਟੀ ਪੂਰਟੀ ਵਾਲੇ ਤਾਂ ਬਥੇਰਾ ਦਿੰਦੇ ਨੇ ਫੰਡ, ਜਿਵੇਂ ਭਾਜਪਾ ਬਣੀ ਉਹ ਤੁਹਾਨੂੰ ਕੋਈ ਟਿਕਟ ਮਿਲੇਗੀ ਤਾਂ ਨਾ, ਟਿਕਟ ਦੇ ਨਾਲ ਉਹਨਾਂ ਨੇ ਕਾਫੀ ਭਾਰਾ ਥੈਲਾ ਵੀ ਫੜਾ ਦੇਣਾ ਕਿ ਜਾ ਪੁੱਤ ਲੜ, ਤੂੰ ਕੋਈ ਚੱਕਰ ਨਹੀਂ ਹੈ, ਬਾਕੀ ਮੋਟਾ ਬਾਈ ਬੈਠੇ ਆ, ਜੇ ਕੋਈ ਪ੍ਰੋਬਲਮ ਆਵੇ ਤਾਂ ਕੋਈ ਦੱਸ ਦੇਣਾ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਬਣਾ ਕੇ ਬੈਠੇ ਨੇ ਚੰਗਾ ਕਾਰੋਬਾਰ ਆ, ਉਹਨਾਂ ਨੂੰ ਚਲੋ ਕੋਈ 1-2 ਕਰੋੜ ਦਾ ਹੋਰ ਝਟਕਾ ਲੱਗ ਜਾਏਗਾ। 1-2 ਕਰੋੜ ਮੈਂ ਇਹ ਕਹਿ ਰਿਹਾ ਵੀ ਜਿਵੇਂ ਮੰਨ ਲਓ ਕੋਈ ਆਮ ਮਾਤੜ ਬੰਦਾ ਜਾਂਦਾ ਹੈ ਅਤੇ ਮਤਲਬ ਕਿ 95 ਕੁ ਰੁਪਏ ਉਹਦੇ ਖਰਚ ਹੋ ਗਏ, 5 ਕੁ ਰੁਪਏ ਬਾਕੀ ਆ, ਉਹ ਕਹਿੰਦਾ ਸੋਚ ਕੇ ਤਾਂ ਆਇਆ ਸੀ 100 ਲੱਗ ਹੀ ਜਾਣਾ, 5 ਦਾ ਵੀ ਕਰਨਾ, ਚੱਲ ਆ ਜਾ ਮਿਲਕ ਸ਼ੇਕ ਪੀ ਲੈਣਾ ਜੀ ਜੀ ਜੀ, ਠੀਕ ਹੈ ਨਾ ਜੀ, ਉਹਨਾਂ ਵਾਸਤੇ 1-2 ਕਰੋੜ ਇੱਦਾਂ ਹੈ ਬਸ ਮਾਮਲਾ। ਤਾਂ ਗੱਲ ਇਹ ਕਿ ਆਜ਼ਾਦ ਵਗੈਰਾ ਜਿਹੜੇ ਉਮੀਦਵਾਰ ਆ ਡੈਫੀਨੇਟਲੀ ਉਹਨਾਂ ਦੇ ਖਰਚਿਆਂ 'ਤੇ ਤਾਂ ਅਸਰ ਪਾਏਗਾ, ਪਰ ਇਹ ਆ ਕਿ ਭਾਜਪਾ ਨੂੰ ਇਹਨਾਂ ਦਿਨਾਂ ਦਾ ਲਾਹਾ ਮਿਲ ਸਕਦਾ ਕੁਛ ਸੀਟਾਂ 'ਤੇ ਪੰਜਾਬ 'ਚ ਵੀ ਜੀ, ਦੂਜੀਆਂ 'ਤੇ ਕੀ ਹੁੰਦਾ ਉਹਨੂੰ ਇੱਕ ਵਾਰੀ ਛੱਡ ਦਈਏ, ਪੰਜਾਬ 'ਚ ਮਿਲ ਸਕਦਾ ਲਾਹਾ 1-2 ਸੀਟਾਂ 'ਤੇ, ਅਤੇ ਇਸ ਕਰਕੇ ਖਰਚਾ ਤਾਂ ਜ਼ਰੂਰ ਵਧਿਆ ਪਰ ਉਹ ਚਰਚਾ ਵੀ ਨਾਲ ਹੋਰ ਵੱਧ ਜਾਏਗਾ, ਟਾਈਮ ਵੱਧ ਜਾਏਗਾ ਜੀ 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 ਬਿਲਕੁਲ ਬਿਲਕੁਲ। ਨਨੂ ਜੀ ਆਪਾਂ ਇਸ 'ਤੇ ਗੱਲਬਾਤ ਕਰਾਂਗੇ ਜ਼ਰੂਰ ਕਦੀ ਕਿਸੇ ਸਪੈਸ਼ਲ ਦਿਨ 'ਤੇ ਆਪਾਂ ਕਰ ਸਕਾਂਗੇ, ਕਿਉਂਕਿ ਹੁਣ ਤਾਂ ਖਬਰਾਂ ਦੇ ਵਿੱਚ ਇਹ ਗੱਲਬਾਤ ਨਹੀਂ ਹੋ ਸਕਣੀ ਵਿਜ਼ਟਰ ਵੀਜ਼ੇ ਵਾਲੀ। ਮਲੂਕ ਸਿੰਘ ਜੀ ਕਹਿ ਰਹੇ ਨੇ ਕਿ TN ਸੈਸ਼ਨ ਤੋਂ ਬਾਅਦ ਚੋਣ ਕਮਿਸ਼ਨ ਬਸ ਹੋ ਗਿਆ, ਬਿਲਕੁਲ ਜੀ ਦੱਸ ਰਹੇ ਨੇ, ਕਹਿੰਦੇ ਨਾਲੇ ਯੋਗੀ ਨੇ ਪੰਜਾਬ ਆਉਣਾ ਸੀ ਪ੍ਰਚਾਰ ਕਰਨ ਵਾਲੇ, ਕੱਲ੍ਹ ਕਹਿੰਦੇ ਸੀ ਅਸੀਂ ਵੀ ਦੱਸ ਦਿੱਤਾ ਸੀ ਤੁਹਾਨੂੰ ਕੱਲ੍ਹ। ਹਾਂਜੀ ਚਰਚਾ ਸੀ ਪਰ ਹੁਣ ਰੀਸ਼ੈਡਿਊਲ ਹੋ ਗਿਆ ਨਾ ਇਲੈਕਸ਼ਨ, ਤਾਂ ਹੋ ਸਕਦਾ ਕਿ ਇਹਨਾਂ ਦੇ ਜਿਹੜੇ ਨੇਤਾਵਾਂ ਦੇ ਸਟਾਰ ਪ੍ਰਚਾਰਕਾਂ ਦੇ ਦਿਨ ਬਣਾਏ ਗਏ ਹੋਣ ਜੀ, ਤਾਂ ਉਹ ਵੀ ਪਿੱਛੇ ਖਿਸਕਾ ਦਿੱਤੇ ਜਾਣ, ਕਿਉਂਕਿ ਇਹ ਮਾਹੌਲ ਬਣਦਾ ਹੁੰਦਾ ਐਂਡ ਜੇ 'ਤੇ ਜਾ ਕੇ, ਜਦੋਂ ਫਾਇਰ ਬ੍ਰਾਂਡ ਟਾਈਪ ਦੇ ਨੇਤਾ ਆਉਂਦੇ ਆ, ਬਿਲਕੁਲ ਜਦੋਂ ਜਿੱਦਾਂ ਕੇਜਰੀਵਾਲ ਸਾਹਿਬ ਆਉਣਗੇ, ਉਹਨਾਂ ਦਾ ਆਪਣਾ ਜਲਵਾਯੂ ਜੁੰਬਸ਼ ਹੋਏਗਾ ਜੀ ਜੀ, ਕਦੇ ਉਹ ਗੱਡੀ 'ਤੇ ਚੜ੍ਹ ਆਉਂਦੇ ਹੁੰਦੇ ਸੀ ਟੈਚੀ ਕੇਸ ਜਿਹਾ ਫੜ ਕੇ, ਉਹ ਲੁਧਿਆਣੇ ਉਤਰਿਆ, ਹਾਂਜੀ 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 ਆ ਗਏ ਹਾਂ ਜੀ, ਆ ਗਏ ਹਾਂ ਜੀ, ਆ ਗਏ ਹਾਂ, ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਹੀ ਹੈ।